मैनू फोन कर दिता सी मैनू पता ही तू जाना है ठीक है मेरा वो ता वाले कपड़े तू पा जा मैं पहले ही तैयार करके तेरे रखे मैनू पता ही तू जाना है शुक्र है रब्बा अज तनखा मिल गई किन्ने दिनों की बेचारी खुशी कपड़े मंगन डी सी ममा तुहानू लारे लाई जांदे सी चल लिया दांगे चल अज लै ही चलदा नाले खुश हो जूगी अज कपड़े लैके जाने खुशी वास्ते चल थोड़ा जिहा समान घर दा भी लै ही चलदे आ समान काट ला मगरों खुशी वास्ते कपड़े लिया मम्मी इत्थे अंदर है चल फिर रुक जा नाले उन्हां नूं विखाउने नाले अंदर ही बैठे आ आजा अंदर ही तू भी है तनखा मिली कपड़े खरीद लिया मुड़के हाथ घुट के इना फिर सानू खर्चा करना पैंदा बाद कोई गल नहीं मम्मी हुण तनखा मिल गई ना हुण महीना सौखा लंघ जाना अगे लेट हो गई सी दस हुण भैण अपनी दे शौक छोटे छोटे पूरे तो करने ही है ना मैं सुन लिया जिदन तू कपड़े मंगती पी मम्मा को बाकी घर का भी समान थोड़ा जा लैनता आ थोड़े जे पैसे बचे रख लो तुम सौदा भी लिया हाँ जी सौदा सारा लैनता चलो ठीक है कपड़े अजे है चलो मम्मी कोई गल नहीं फिर की है न्याणी रख लो थोड़े जे पैसे चल खुशी हम वादे जावे होर कुछ चाहिए होगा तो दस दी मैं है ਇਹਨੂੰ ਤੇ ਵਿੱਕੀ ਬੋਦਾ ਹੀ ਭੂਵੇ ਜਿਹੜਾ ਹੀ ਜਾਣ ਡਿਆ ਆ ਅਜੇ ਮੂੰਹੋਂ ਚੀਜ਼ ਕੱਢਦੀ ਆ ਉਸੇ ਟਾਈਮ ਹੀ ਲਿਆ ਦਿੰਦਾ ਆ ਚਲੋ ਮੰਮੀ ਫਿਰ ਕੀ ਆ ਨਿੱਕੀ ਜੀ ਤੇ ਹੈਗੀ ਆ ਵਿਚਾਰੀ ਹੈ ਨਾ ਆਪਾਂ ਨੇ ਸ਼ੌਕ ਪੂਰੇ ਕਰਨੇ ਤੇ ਕਿੰਨੇ ਕਰਨੇ ਆ ਇਹਦੇ ਕਰਨੇ ਤੇ ਹੈ ਪਰ ਚਲੋ ਠੀਕ ਆ ਬੱਚੇ ਨੂੰ ਹਿਸਾਬ ਦਾ ਦੇਣਾ ਚਾਹੀਦਾ ਲਿਆ ਕੇ ਚਲੋ ਕੋਈ ਨਹੀਂ ਮੈਂ ਲਾਵਾਂ ਤੜਕਾ ਹੈ ਅੱਛਾ ਮੰਮੀ ਹਰਮਨ ਕਿੱਥੇ ਗਿਆ ਹਰਮਨ ਅਜੇ ਕਾਲਜ ਤੋਂ ਹੀ ਨਹੀਂ ਆਇਆ ਹੁਣਾ ਤੇ ਉਹਨੂੰ ਪੁੱਛ ਲਿਓ ਫੀਸ ਜੇ ਉਹਦੀ ਤਾਰ ਨਾਲ ਹੀ ਹੋਗੀ ਨਾ ਇਹਨਾਂ ਪੈਸਿਆਂ 'ਚ ਦੇ ਦਿਓ ਹਾਂ ਹਾਂ ਮੈਂ ਕੋਈ ਨਹੀਂ ਹੁਣ ਇਹ 'ਚੋਂ ਫੀਸ ਦੇਣੀ ਹੈ ਜੇ ਬਿੱਲ ਦੇਣਾ ਜੇ ਸਾਰੇ ਖਰਚੇ ਅਜੇ ਪਏ ਆ ਤੈਨੂੰ ਪਤਾ ਹੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਸਾਰੇ ਹੋ ਜਾਣੇ ਕੰਮ ਕਰੋ ਫਿਰ ਪੜ੍ਹਾਈਆਂ ਤੁਸੀਂ ਹੈ ਮੈਂ ਨਹਾ ਧੋ ਲਵਾਂ ਸਤਿ ਸ਼੍ਰੀ ਅਕਾਲ ਭਾਜੀ ਓ ਸਤਿ ਸ਼੍ਰੀ ਅਕਾਲ ਆ ਗਿਆ ਹੋਰ ਭਾਜੀ ਅੱਜ ਲੇਟ ਹੋ ਗਿਆ ਕੀ ਗੱਲ ਲੇਟ ਭਾਜੀ ਸਵੇਰੇ ਮੰਮਾ ਨੇ ਸਿਲੰਡਰ ਬੁੱਕ ਕਰਾਉਣ ਦਾ ਕਹਿਤਾ ਸੀ ਤੇ ਉਧਰ ਟਾਈਮ ਬਹੁਤ ਲੱਗ ਗਿਆ ਲੈਣੀ ਬੜੀ ਲੰਬੀ ਸੀ ਭਾਜੀ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਹੁਣ ਵਿਹਲਾ ਆਇਆ ਤੇ ਹੁਣ ਆਇਆ ਜੇ ਸਿੱਧਾ ਇੱਧਰ ਠੀਕ ਆ ਚੱਲ ਕੋਈ ਨਹੀਂ ਕਰ ਲਾ ਚੇਂਜ ਉਂਜ ਖਾ ਲਾ ਰੋਟੀ ਪਾਣੀ ਤੇ ਰੋਟੀ ਤੇ ਮੈਂ ਖਾ ਲੈਣਾ ਭਾਜੀ ਪਏ ਤੁਹਾਨੂੰ ਮੈਂ ਕਿਹਾ ਸੀਗਾ ਫੀਸ ਦਾ ਫੀਸ ਕੋਈ ਗੱਲ ਨਹੀਂ ਮਿਲ ਗਈ ਤਨਖਾਹ ਮੰਮਾ ਨੂੰ ਦੇਤੇ ਪੈਸੇ ਲੈ ਲਈ ਸਵੇਰੇ ਮੰਮੀ ਕੋਲੋਂ ਹੈ ਅੱਛਾ ਹਾਂ ਠੀਕ ਆ ਤੇ ਐਰਕਾ ਭਾਜੀ ਕਿਦਾਂ ਹੱਥ ਤੂੰ ਸੁੱਖਾ ਮਾੜਾ ਮੋਟਾ ਕਿ ਨਹੀਂ ਤੂੰ ਦੱਸ ਕੀ ਗੱਲ ਆ ਗੱਲ ਇਦਾਂ ਵਾ ਵੀ ਭਾਜੀ
ਟ੍ਰਿਪ ਜਾਣ ਦਿਆ ਵਾ ਸਾਡਾ ਉੱਥੇ ਸ਼ਿਮਲੇ। ਅੱਛਾ। ਤੇ ਸਾਰੇ ਜਿੱਦਾਂ ਮੁੰਡੇ ਯਾਰ ਦੋਸਤ ਵੀ ਤਿਆਰ ਹੋਏ ਆ ਕਾਲਜ ਦੇ, ਤੁਹਾਨੂੰ ਪਤਾ ਵੀ ਦਿਲ ਕਰਦਾ ਹੀ ਆ ਜਾਣ ਨੂੰ, ਤੇ ਮੈਂ ਕਿਹਾ ਜੇ ਦੇਖ ਲਓ ਜੇ ਪੈਸੇ ਹੈਗੇ ਆ ਤੇ ਮੈਂ ਚੱਲ ਜਾਂਦਾ। ਕਿੰਨਾ ਕੁ ਖਰਚਾ ਲੱਗਣਾ? ਖਰਚਾ ਉਹੀ ਭਾਅ ਜੀ 3,500 ਦਾ ਹੈਗਾ ਹੀ ਹੈ ਨਾ। ਜੇ ਪਹਿਲਾਂ ਦੱਸਦਾ ਤਾਂ ਮੈਂ ਕੱਢ ਲੈਣੀ ਸੀ ਗੰਜੈਸ, ਹੁਣ ਅਸਲ ਦੇ ਵਿੱਚ ਪਤਾ ਕੀ ਹੋਇਆ, ਮੈਂ ਖੁਸ਼ੀ ਵਾਸਤੇ ਨਾ ਕੱਪੜੇ ਲੈਣ ਤੇ ਥੋੜੇ ਜੇ ਥੋੜਾ ਜਿਹਾ ਘਰ ਦਾ ਸਮਾਨ ਲੈਣ ਤਾ, ਉਹ ਮੰਮਾ ਕੋਲ ਇੱਕ ਦਿਨ ਮੰਗਦੀ ਪਈ ਸੀ ਤੇ ਮੈਂ ਸੁਣ ਲਿਆ, ਤੇ ਮੰਮਾ ਤਾਂ ਕਹਿਣ ਡੇ ਸੀ ਕਿ ਤੂੰ ਕੋਈ ਨਹੀਂ ਗੁਜ਼ਾਰਾ ਕਰ ਲਾ, ਤੈਨੂੰ ਪਤਾ ਛੋਟੀ ਜੀ ਤਾਂ ਹੈਗੀ ਆ ਫਿਰ। ਉਹ ਤਾਂ ਹੈ, ਚਲੋ ਕੋਈ ਗੱਲ ਨੀ ਭਾਅ ਜੀ, ਕੋਈ ਨੀ ਮੈਂ ਅਗਲੀ ਵਾਰੀ ਚੱਲ ਜੂੰਗਾ। ਬਾਕੀ ਕੋਈ ਨੀ ਤੂੰ ਅਗਲੀ ਵਾਰ ਕੋਈ ਗੱਲ ਨੀ ਚੱਲ ਜੀ, ਮੈਂ ਅਗਲੀ ਵਾਰ ਕੋਈ ਨੀ ਕੱਢ ਲਾਂਗਾ ਥੋੜੇ ਜਿਹੇ ਪੈਸੇ ਨਾ। ਕੋਈ ਗੱਲ ਨੀ, ਖੁਸ਼ੀ ਖੁਸ਼ ਹੋ ਗਈ ਉਦਾਂ। ਹਾਂ ਉਹਨੇ ਤਾਂ ਖੁਸ਼ ਹੋਣਾ ਹੀ ਆ। ਬਸ ਠੀਕ ਆ, ਆਪਾਂ ਨੂੰ ਉਹਦੀ ਖੁਸ਼ੀ ਦੇ ਵਿੱਚ ਹੀ ਖੁਸ਼ੀ ਆਪਣੀ। ਕੋਈ ਗੱਲ ਨੀ, ਮੈਂ ਅਗਲੀ ਵਾਰੀ ਚੱਲ ਜੂੰਗਾ, ਮੈਂ ਮਨਾ ਕਰ ਦਿੰਦਾ ਭਾਅ ਜੀ। ਚੱਲ ਠੀਕ ਆ। ਤੇ ਚਲੋ ਮੈਂ ਲੈ ਲੈਂਦਾ ਮੰਮਾ ਕੋਲ ਪੈਸੇ ਫਿਰ। ਚੰਗਾ, ਤੇ ਮੈਂ ਫਿਰ ਕਰ ਲਾਂ ਚੇਂਜ। ਕਰ ਲਾ ਕੋਈ ਸਾਲਾ, ਰੋਟੀ ਪਾਣੀ ਚੱਲ। ਹਰਮਨ ਉਦਾਂ ਅੱਗੇ ਨਾਲੋਂ ਸਿਆਣਾ ਹੋ ਗਿਆ ਹੈ, ਇੱਕੋ ਵਾਰੀ ਕਿਹਾ ਕਿ ਚੱਲ ਸਮਾਨ ਲਿਆਂਦਾ ਹੈ ਨਹੀਂ, ਗੰਜੈਸ ਹਰ ਕਦ ਮੰਨ ਗਿਆ। ਚੱਲ ਵਧੀਆ ਆ, ਉਹਨੂੰ ਵੀ ਸਮਝ ਆਉਣ ਲੱਗ ਪਈ ਘਰਦਿਆਂ ਖਰਚਿਆਂ ਦੀ, ਘਰ ਕਿੱਦਾਂ ਚੱਲਦਾ। ਹੋਰ ਮੇਰੀ ਨਿੱਕੀ ਭੈਣ ਕੀ ਕਰਦੀ ਆ? ਗੇਮ ਖੇਡਦੀ ਆ। ਮੋਟੇ ਜੀ ਇੰਨੀਆਂ ਗੇਮਾਂ ਨਾ ਖੇਡਿਆ ਕਰ। ਮੈਂ ਸਾਰਾ ਹੋਮਵਰਕ ਕਰਕੇ ਹੁਣ ਖੇਡਣ ਲੱਗੀ ਆ। ਅੱਛਾ ਚੱਲ, ਤੁਹਾਨੂੰ ਇੱਕ ਗੱਲ ਦੱਸਾਂ, ਵਿੱਕੀ ਭਾਜੀ ਮੇਰੇ ਲਈ ਇੰਨੇ ਕੱਪੜੇ ਲੈ ਕੇ ਆਏ। ਕਿਹੜੇ ਕੱਪੜੇ? ਹਾਂ ਦੇਖੋ, ਟੀ ਸ਼ਰਟਾਂ ਲੈ ਕੇ ਆਏ। ਬੱਲੇ, ਹਾਂ ਬੜੀ ਸੋਹਣੀ ਆ, ਆ ਮੈਨੂੰ ਦੇ ਦੇ ਮੈਂ ਪਾ ਲੈਣਾ। ਤੁਹਾਨੂੰ ਕਿੱਥੋਂ ਆਉਗੀ? ਅੱਛਾ, ਤੇ ਤੈਨੂੰ ਪਤਾ ਮੈਂ ਵੀ ਤੇਰੇ ਵਾਸਤੇ ਇੱਕ ਚੀਜ਼ ਲਿਆਂਦੀ ਆ। ਕੀ? 1, 2, 3 ਚੀਜ਼ਾਂ ਲਿਆਂਦੀਆਂ ਮੈਂ ਤੇਰੇ ਵਾਸਤੇ, ਤੇਰੀਆਂ ਫੇਵਰੇਟ। ਦਿਖਾਓ ਦਿਖਾਓ। ਕਿਉਂ ਦਿਖਾਵਾਂ? ਦਿਖਾਓ ਦੇਖ। ਭੁੱਖ ਲੱਗੀ ਤੇ ਸਾਰੀਆਂ ਥੋੜਾ ਖਾਣੀਆਂ ਆ। ਆਲਾ ਮੇਰੀ ਮੋਟੀ ਭੈਣ, ਇਹ ਖਾ ਕੇ ਤੇ ਹੋਰ ਮੋਟੀ ਹੋ ਜਾ। ਮੇਰੀ ਮੋਟੀ ਜੀ ਭੈਣ ਨਹੀਂ। ਉਹ ਕੀ ਲੜੀ ਜਾਂਦੇ ਲਿਆ ਇੱਧਰ, ਮੈਨੂੰ ਵੀ ਦੇ ਥੋੜਾ ਜਿਹਾ। ਹਾਂ ਤੂੰ ਇੰਨਾ ਗੱਲ ਭਾਜੀ ਨੂੰ ਦੇਤਾ ਆ ਤੇ ਮੈਨੂੰ ਦਿੱਤਾ ਹੀ ਨਹੀਂ ਗਿਆ ਤੇਰੇ ਕੋ। ਉਹਨੂੰ ਵੀ ਦੇ ਦੇ ਮਾਸਾ, ਉਹ ਵੀ ਕਿਤੇ ਖਾ ਕੇ ਮੋਟਾ ਹੋ ਜੇ। ਆਪ ਦੇਖ ਕਿੱਦਾਂ ਦੀ ਮੋਟੀ ਹੋਈ ਜਾਂਦੀ ਆ, ਮੈਨੂੰ ਨਹੀਂ ਦਿੰਦੀ ਹੈਗੀ ਖਾਣ ਨੂੰ, ਮਾਸਾ ਵੀ ਲਿਆ ਦੇ। ਤੁਸੀਂ ਇੰਦਾ ਹੀ ਕਹਿੰਦੇ ਰਹਿੰਦੇ ਮੈਨੂੰ ਸਾਰੇ ਘਰੇ। ਤੈ ਮੋਟੀ ਆ ਤੇ ਫਿਰ ਕੀ ਆ, ਆਪਣੇ ਘਰੇ ਖਾਂਦੀ ਆ ਹੈ ਨਾ, ਹੋਰ ਕੀ। ਉਹਦਾ ਹੈ ਬਹੁਤ ਸਵਾਦ ਆ ਨਾ। ਸਹੀ ਗੱਲ ਆ ਭਾਜੀ। ਯਾਰ ਕੀ ਆ, ਤੁਸੀਂ ਮੇਰਾ ਪੁੱਤਿਆ ਖਾਈ ਜਾਂਦੇ, ਮੈਂ ਮੰਮਾ ਨੂੰ ਦੱਸ ਦੇਣਾ। ਉਹ ਵਾਲਾ ਭਰਾਵਾ, ਮੰਮਾ ਨੂੰ ਨਾ ਦੱਸੀ। ਨਾ ਦੱਸੀ ਮੰਮਾ ਨੂੰ ਹੈ ਉਦਾਂ ਭਾਜੀ, ਬਹੁਤ ਚਲਾਕ ਆ ਨਾ। ਸਹੀ ਗੱਲ ਆ, ਸਾਡੀ ਯਾਰੀ ਚੀਜ਼ੀਆਂ ਸਾਡੇ ਕੋਲ ਖਾ ਲੈਂਦੀ ਆ, ਮੰਗਵਾ ਵੀ ਲੈਂਦੀ ਆ ਤੇ ਨਾਲੇ ਦਿੰਦੀ ਵੀ ਨਹੀਂ ਸਾਨੂੰ ਖਾਣ, ਮੁੜ ਕੇ ਆਵਾਜ਼ ਦਿੰਦੀ ਵੀ ਨਹੀਂ। ਸਹੀ ਗੱਲ ਆ, ਮੁੜ ਕੇ ਸ਼ਿਕਾਇਤ ਵੀ ਲਾ ਦੂਗੀ ਮੰਮਾ ਨੂੰ। ਨਹੀਂ ਆ ਫਿਰ ਮੈਂ ਨਿੱਕੀ ਜਾ। ਉਹੀ ਤੇ ਗੱਲ ਆ, ਨਿੱਕੀ ਦਾ ਭਾਜੀ ਫਾਇਦਾ ਚੱਕਦੀ ਆ ਇਹ। ਸਹੀ ਗੱਲ ਆ। ਮੇਰੀ ਗੱਲ ਸੁਣੋ, ਮੈਂ ਰੋਟੀ ਲਿਆਉਣ ਲੱਗੀ ਜੇ ਸਿੱਧੇ ਹੋ ਜਾਓ। ਸਬਜ਼ੀ ਖਾਣੀ ਆ ਕੱਲ ਕਹਿੰਦੀ ਭਾਬੀ, ਮੈਂ ਆਣੀ ਰੋਟੀ ਖਾਣੀ, ਪਲੀਜ਼ ਮੈਨੂੰ ਚੌਲ ਬਣਾ ਦਿਓ। ਫੀਸ ਤੇ ਯਾਰ ਚਲੀਏ, ਉਹਨਾਂ ਜਿਹਾ ਟਾਈਮ ਹੋ ਗਿਆ ਆ। ਭਾਬੀ ਜੀ ਮੰਮਾ ਕਿੱਥੇ ਗਏ? ਮੰਮੀ ਜੀ ਕਿਸੇ ਦੇ ਘਰੇ ਗਏ ਆ। ਓਹੋ, ਕਿਉਂ ਗਿਆ? ਮੈਂ ਕਾਲਜ ਦੀ ਫੀਸ ਦਾ ਗਿਆ ਸੀਗਾ ਭਾਜੀ ਨੂੰ, ਤੇ ਭਾਜੀ ਕਹਿੰਦੇ ਮੈਂ ਮੰਮਾ ਨੂੰ ਫੜਾਈ ਆ, ਤੇ ਉਹਨੂੰ ਫੀਸ ਚਾਹੀਦੀ ਸੀਗੀ। ਮੰਮੀ ਮੈਨੂੰ ਫੜਾ ਕੇ ਗਏ ਆ। ਅੱਛਾ, ਫੜਾ ਗਏ ਆ? ਲੈ ਮੰਮੀ ਦੇ ਉਹ ਨਾ ਜਾਣਾ, ਮੈਂ ਲੇਟ ਹੁੰਦੇ ਆ ਅੱਗੇ, ਟਾਈਮ ਹੋ ਗਿਆ। ਚਲੋ ਠੀਕ ਆ ਫਿਰ ਮੈਂ ਚੱਲਦਾ। ਚੰਗਾ, ਟਾਈਮ ਨਾਲ ਆ ਜਾਇਆ ਕਰ, ਲੇਟ ਹੋ ਜਾਣਾ ਵਾ। ਹਾਂਜੀ ਹਾਂਜੀ।